ਦੂਜੀ ਗੱਲ ਵੀ ਇਹਦੀ ਇਹ ਨੋਬਾ ਕਿ ਤੁਸੀਂ ਦੇਖ ਸਕਦੇ ਹੋ ਥੋ ਘੱਟਵਾਦ ਕਰ ਸਕਦੇ ਆ ਇਹ ਸਾਰਾ ਟੱਚ ਵਾਲਾ ਸਿਸਟਮ ਆ ਸਿਸਟਮ ਇਹਦੇ ਵਿੱਚ ਸੇਮ ਹੀ ਆ ਜਿਵੇਂ ਕਿ ਇਹਦੇ ਵਿੱਚ ਵੀ ਆਪਾਂ ਗ੍ਰਿਲ ਵਗੈਰਾ ਸਾਰਾ ਕੁਝ ਕਰ ਸਕਦੇ ਆ ਤੇ ਗਰੰਟੀ ਮਿਲੂਗੀ ਤੁਹਾਨੂੰ 2 ਸਾਲ ਦੀ ਇਹਨੂੰ ਕੁਝ ਵੀ ਹੋ ਜਾਂਦਾ ਵਾ ਉਹ ਘਰੇ ਆ ਕੇ ਤੁਹਾਡਾ ਠੀਕ ਕਰਨਗੇ ਜਿਜਲੀ ਵਾਲੇ ਚੁੱਲ੍ਹੇ ਆਪਾਂ ਦੂਸਰੇ ਲੈਣੇ ਆ ਉਹਨਾਂ ਵਾਸਤੇ ਆਪਾਂ ਨੂੰ ਵੱਖਰੇ ਬਰਤਨ ਲੈਣੇ ਪੈਂਦੇ ਆ ਇਹਨਾਂ ਵਾਸਤੇ ਤੁਹਾਨੂੰ ਕੋਈ ਵੀ ਵੱਖਰੇ ਬਰਤਨ ਹੀ ਲੈਣ ਦੀ ਲੋੜ ਚਾਹੇ ਉਹ ਸਿੱਧੇ ਹੋਣ ਚਾਹੇ ਔਰ ਪੈਦੇ ਵਿੱਚ ਘਰੇ ਪਹੁੰਚਾ ਜੇ ਕਿਸੇ ਨੇ ਇਹ ਵਾਲਾ ਚੁੱਲਾ ਮਗਾਉਣਾ ਹੋਵੇ ਤੇ ਇਹ ਹੈਗਾ ਜੀ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਹੋ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ 채ਨਰ ਉਪਲੋਡਰ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਿੱਕੀ ਜਿਹੀ ਜਾਣਕਾਰੀ ਇਹ ਦੇਣ ਲੱਗੇ ਆ ਕਿ ਜਿਵੇਂ ਆਪਾਂ ਤੁਹਾਨੂੰ ਪਤਾ ਵਾ ਕਿ ਘਰ ਦੇ ਵਿੱਚ ਸਮਾਨ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਚਾਹੇ ਉਹ ਪੰਜੀਰੀਆਂ ਹੋਣ ਚਾਹੇ ਆਚਾਰ ਹੋਵੇ ਚਾਹੇ ਕੋਈ ਵੀ ਕਿਸਮ ਦਾ ਜਿਵੇਂ ਸਰਬ ਲੋ ਦਾ ਬਰਤਨ ਹੋਵੇ ਮਿੱਟੀ ਦਾ ਬਰਤਨ ਹੋਵੇ ਚਾਹੇ ਮਿਕਸ ਅਨਾਜ ਹੋਣ ਆਟਾ ਹੋਵੇ ਚਾਹੇ ਵੇਸੋਂ ਹੋਵੇ ਇਹ ਤੁਸੀਂ ਘਰੇ ਬੈਠੇ ਸਾਨੂੰ ਇਹ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਮੰਗਾ ਸਕਦੇ ਹੋ ਤੇ ਉਹਦੇ ਨਾਲ ਨਾਲ ਜਿਹੜਾ ਆਪਾਂ ਇਹ ਇੰਡੈਕਸ਼ਨ ਜਿਹਨੂੰ ਕਹਿ ਸਕਦੇ ਆ ਜਾਂ ਹੀਟਰ ਕਹਿ ਸਕਦੇ ਆ ਇਹ ਜਿਹੜਾ ਬਿਜਲੀ ਤੇ ਚੱਲਣ ਵਾਲਾ ਚੁੱਲਾ ਇਹਦੀ ਵੀ ਆਪਾਂ ਵੀਡੀਓ ਤਿਆਰ ਕਰਕੇ ਪਾਈ ਸੀਗੀ ਵੀ ਅਸੀਂ ਇਹਦਾ ਇਸਤੇਮਾਲ ਕਰਦੇ ਆ ਜੇ ਕਿਸੇ ਨੇ ਮਗਾਉਣਾ ਹੋਵੇ ਤੇ ਤੁਸੀਂ ਸਾਡੇ ਕੋਲੋਂ ਮੰਗਾ ਸਕਦੇ ਹੋ ਉਸ ਚੀਜ਼ ਦਾ ਸਾਨੂੰ ਬਹੁਤ ਵੱਡਾ ਪਰਮਾ ਹੰਗਾਰਾ ਮਿਲਿਆ ਕਿ ਸਾਡੇ ਕੋ ਮੇਰੇ ਕੋ ਮੈਨੂੰ ਲੱਗਦਾ ਕਿ ਤਕਰੀਬਨ 11200 ਪੀਸ ਜਿਹੜਾ ਨਿਕਲ ਚੁੱਕਾ ਹੋਊਗਾ ਬਹੁਤ ਹੀ ਭੈਣ ਭਰਾਵਾਂ ਨੇ ਪਿਆਰ ਦਿੱਤਾ ਕਈ ਭੈਣ ਭਰਾ ਡਰਦੇ ਨੇ ਕਿ ਅਸੀਂ ਮੈਨ ਪੈਸੇ ਪਹਿਲਾਂ ਪਾ ਦਿੰਨੇ ਪਤਾ ਨਹੀਂ ਸਾਡੇ ਕੋ ਸਮਾਨ ਪਹੁੰਚੂਗੇ ਨਾ ਪਹੁੰਚੂ ਚਾਹੇ ਚੱਲੂਗੇ ਨਾ ਚੱਲੂਗਾ ਇਹ ਖਰਾਬ ਤਾਂ ਨਹੀਂ ਹੋ ਜਾਊਗਾ ਇਹਦੀ ਗਰੰਟੀ ਆਪਾਂ ਸਾਰੀ ਲੈਣੇ ਆ ਜੀ ਜਿਹੜੀ ਜਿਹੜੀ ਅਸੀਂ ਚੀਜ਼ ਕਵਾਂਗੇ ਚਾਹੇ ਫੋਨ ਤੇ ਤੁਹਾਡਾ ਜਿਹੜੀ ਗੱਲ ਕੀਤੀ ਹੋਗੀ ਕਮਿਟਮੈਂਟ ਕੀਤੀ ਹੋਗੀ ਉਸ ਤੋਂ ਅਸੀਂ ਫਿਰਦੇ ਨਹੀਂ ਆ ਉਹ ਸਾਡੀ ਜ਼ਿੰਮੇਵਾਰੀ ਆ ਜਿੰਨਾ ਚਿਰ ਇਹ ਹੀਟਰ ਤੁਹਾਡੇ ਕੋ ਪਹੁੰਚਦਾ ਨਹੀਂ ਆ ਜਾ ਕੇ ਚੱਲਦਾ ਨਹੀਂ ਆ ਉਹਨਾਂ ਤੇ ਜਿਹੜੀ ਫੁੱਲ ਗਰੰਟੀ ਸਾਡੀ ਹੁੰਦੀ ਆ ਬਾਕੀ ਇਹਦੀ ਆਪਾਂ 6 ਮਹੀਨੇ ਦੀ ਗਰੰਟੀ ਦਿੰਨੇ ਆ ਹੁੰਦਾ ਇਹਨੂੰ ਕੁਝ ਨਹੀਂ ਹੈਗਾ ਪਰ ਕਈ ਲੋਕ ਫਿਰ ਵੀ ਗਰੰਟੀ ਮੰਗਦੇ ਨੇ ਕਿ ਮੈਡਮ ਸਾਨੂੰ ਸਾਲ 2 ਸਾਲ ਦੀ ਗਰੰਟੀ ਦੋ ਜੀ ਕਿਉਂਕਿ 2500 ਰੁਪਏ ਦੇ ਵਿੱਚ ਜੇ ਤੁਹਾਨੂੰ ਪਤਾ ਅੱਜਕੱਲ ਆਉਂਦਾ ਵੀ ਕੀ ਆ ਇਹਦਾ ਪ੍ਰਾਈਸ ਜਿਹੜਾ ਹੈਗਾ 2500 ਰੁਪਿਆ ਵਾ ਇਹ ਤੁਸੀਂ ਘਰ ਬੈਠੇ ਸਾਡੇ ਕੋਲ ਮੰਗਾ ਸਕਦੇ ਹੋ ਡਿਲੀਵਰੀ ਜਿਹੜੀ ਉਹ ਬਿਲਕੁਲ ਫ੍ਰੀ ਆ ਜਿਹੜੇ ਲੋਕ ਕਹਿੰਦੇ ਨੇ ਕਿ ਸਾਨੂੰ ਗਰੰਟੀ ਦੋ ਜੀ ਅਸੀਂ ਪੈਸੇ ਹੋਰ ਭਰ ਸਕਦੇ ਆ ਉਹਨਾਂ ਵਾਸਤੇ ਅੱਜ ਆਪਾਂ ਵੱਡਾ ਤੋਹਫਾ ਲੈ ਕੇ ਆਏ ਆ ਉਹ ਹੈਗਾ ਜੀ ਇਹ ਵਾਲਾ ਚੁੱਲਾ ਏਪੀਜਨ ਕੰਪਨੀ ਦਾ ਚੁੱਲਾ ਵਾ ਇਹ ਲੈ ਕੇ ਆਏ ਆ ਜੀ ਆਪਾਂ ਘੱਟ ਕੀਮਤ ਦੇ ਵਿੱਚ ਫੁੱਲ ਗਰੰਟੀ ਵਾਲਾ ਚੁੱਲਾ ਉਹਨਾਂ ਵਾਸਤੇ ਜਿਵੇਂ ਕਿ 2500 ਦਾ ਹੈ ਤੇ ਇਹ ਹੈਗਾ ਜੀ 3000 ਦਾ ਚੁੱਲਾ ਤੇ ਗਰੰਟੀ ਮਿਲੂਗੀ ਤੁਹਾਨੂੰ 2 ਸਾਲ ਦੀ ਇਨੂੰ ਕੁਝ ਵੀ ਹੋ ਜਾਂਦਾ ਵਾ ਉਹ ਕਰਿਆ ਕਿ ਤੁਹਾਡਾ ਠੀਕ ਕਰਨਗੇ ਜੇ ਨੂੰ ਬਦਲਣਾ ਹੋਊਗਾ ਤੇ ਉਹ ਬਦਲ ਲੰਗੇ ਜੇ ਨੂੰ ਠੀਕ ਕਰਨਾ ਉਹ ਠੀਕ ਕਰਨਗੇ ਦੂਜੀ ਵੱਡੀ ਗੱਲ ਆ ਇਹਨਾਂ ਦੋਨਾਂ ਚੁੱਲਿਆਂ ਦੇ ਫਾਇਦੇ ਇਹ ਨੇ ਕਿ ਚੁੱਲਾ ਖਰੀਦਦੇ ਨਾ ਵਾ ਆਪਣੀ ਸੋਈ ਦੇ ਵਿੱਚ ਹੋਰ ਕੁਝ ਨਹੀਂ ਖਰੀਦਦੇ ਨਾ ਜਿਵੇਂ ਕਿ ਆਪਾਂ ਦੂਜੇ ਇੰਡਕਸ਼ਨ ਵਗੈਰਾ ਲੈਨੇ ਆ ਬਿਜਲੀ ਵਾਲੇ ਚੁੱਲੇ ਆਪਾਂ ਦੂਸਰੇ ਲੈਨੇ ਆ ਉਹਨਾਂ ਵਾਸਤੇ ਆਪਾਂ ਨੂੰ ਵੱਖਰੇ ਬਰਤਨ ਲੈਣੇ ਪੈਂਦੇ ਆ ਇਹਨਾਂ ਵਾਸਤੇ ਤੁਹਾਨੂੰ ਕੋਈ ਵੀ ਵੱਖਰੇ ਬਰਤਨ ਨਹੀਂ ਲੈਣ ਦੀ ਲੋੜ ਚਾਹੇ ਉਹ ਸਿੱਧੇ ਹੋਣ ਚਾਹੇ ਉਹ ਗੋਲ ਹੋਣ ਚਾਹੇ ਉਹ ਲੋਹੇ ਦੇ ਹੋਣ ਚਾਹੇ ਉਹ ਹੋਣ ਦੀ ਮਿੱਟੀ ਦੇ ਬਰਤਨ ਸਾਰੇ ਹੀ ਇਹਦੇ ਉੱਤੇ ਚੱਲਦੇ ਆ ਜਿਵੇਂ ਕਿ ਖਾਸ ਕਰਕੇ ਆਪਾਂ ਤੁਹਾਨੂੰ ਦਿਖਾਈਆ ਤੌੜੀ ਤੁਸੀਂ ਇਹਦੇ ਉੱਤੇ ਰੱਖ ਕੇ ਤੌੜੀ ਵੀ ਚਲਾ ਸਕਦੇ ਹੋ ਕੋਈ ਦਿੱਕਤ ਪ੍ਰੋਬਲਮ ਨਹੀਂ ਆ ਜਿਵੇਂ ਕਿ ਦੂਸਰੇ ਚੁੱਲ੍ਹੇ ਜਿਹੜੇ ਚੁੱਕ ਚੁੱਕ ਭਾਂਡਾ ਗੋਲ ਜੇ ਨੂੰ ਮਾਰਦੇ ਆ ਇਹੋ ਜੀ ਕੋਈ ਗੱਲ ਨਹੀਂ ਆ ਪਹਿਲਾਂ ਵੀ ਆਪਾਂ ਜਿਹੜਾ ਇਹ ਹੀਟਰ ਵੀ ਵਰਤ ਕੇ ਤੁਹਾਨੂੰ ਦਿਖਾਇਆ ਇਹ ਸਾਡੇ ਘਰ ਚੱਲਦਾ ਹੈ ਇਹਦੀ ਵੀ ਕੋਈ ਸ਼ਿਕਾਇਤ ਨਹੀਂ ਹਜੇ ਤੱਕ ਆਈ ਆਪਾਂ ਨੂੰ ਤੇ ਇਸ ਚੁੱਲੇ ਦੀ ਵੀ ਜਿਹੜੀ ਫੁੱਲ ਗਾਰੰਟੀ ਆਪਾਂ ਤੁਹਾਨੂੰ ਦਿੰਨੇ ਆ ਵੀ ਕੋਈ ਪ੍ਰੋਬਲਮ ਕੋਈ ਦਿੱਕਤ ਨਹੀਂ ਆਉਂਦੀ ਸੋ ਜਿਨ੍ਹਾਂ ਨੇ ਘੱਟ ਕੀਮਤ ਦੇ ਵਿੱਚ ਵਾਦ ਆਪਣੇ ਕੋ ਗਰੰਟੀ ਲੈਣੀ ਹੈ ਤੇ ਤੁਸੀਂ ਇਹ ਸਾਡੇ ਕੋ ਇਹ ਵਾਲਾ ਚੁੱਲਾ ਮਗਾ ਸਕਦੇ ਹੋ ਇਹ 3000 ਦੇ ਵਿੱਚ ਤੁਹਾਨੂੰ ਪਊਗਾ ਤੇ ਇਹਦੇ 2 ਸਾਲ ਦੀ ਗਰੰਟੀ ਦੇ ਨਾਲ ਨਾਲ ਇਹਦੇ ਆਪਾਂ ਇੱਕ ਇਹ ਸਿਸਟਮ ਆਇਆ ਹੈ ਜੀ ਕੰਪਨੀ ਵੱਲੋਂ ਗ੍ਰਿਲ ਦਾ ਇਦਾਂ ਤੁਸੀਂ ਜਿਵੇਂ ਕਈ ਪੈਣਾ ਕਰਦੀਆਂ ਨੇ ਗੈਸ ਦੇ ਉੱਪਰ ਟਮਾਟਰ ਹੋ ਗਏ ਜਾਂ ਬੇਂਗਣ ਹੋ ਗਏ ਜਾਂ ਚੱਲੀ ਹੋ ਗਈ ਚਾਹੇ ਜਿਵੇਂ ਪਨੀਰ ਟਿੱਕਾ ਬਣਾਉਣਾ ਵਾ ਤੇ ਉਹ ਜਿਹੜੀਆਂ ਚੀਜ਼ਾਂ ਵਾਂ ਗੈਸ ਦੇ ਉੱਤੇ ਤੁਸੀਂ ਬਣਾਉਨੇ ਹੋ ਛਾਮ ਵਗੈਰਾ ਬਣਾਉਨੇ ਹੋ ਤੁਸੀਂ ਇਹਨੂੰ ਗ੍ਰਿਲ ਦੇ ਉੱਤੇ ਰੱਖ ਕੇ ਤੇ ਇਦਾਂ ਸੇਕ ਸਕਦੇ ਹੋ ਕਿਉਂਕਿ ਗੈਸ ਤੇ ਬਣੇ ਦਾ ਨੁਕਸਾਨ ਹੋ ਸਕਦਾ ਇਸ ਤੇ ਕੋਈ ਨੁਕਸਾਨ ਨਹੀਂ ਆ ਤੁਸੀਂ ਇੱਥੇ ਬਣਾ ਸਕਦੇ ਹੋ ਇਹਨੂੰ ਸਾਫ਼ ਕਰਨਾ ਵੀ ਬਹੁਤ ਹੀ ਸੌਖਾ ਹੈ ਬਿਲਕੁਲ ਕਲੀਨ ਹੋ ਜਾਂਦਾ ਵਾ ਕੋਈ ਪ੍ਰੋਬਲਮ ਨਹੀਂ ਹੈ ਦੀ ਕਿਤੇ ਉਹ ਕਰੰਟ ਨਹੀਂ ਮਾਰਦਾ ਜਿਵੇਂ ਕਈ ਲੋਕ ਬਹੁਤ ਡਰਦੇ ਨੇ ਇਸ ਚੀਜ਼ ਤੋਂ ਕਿ ਮੈਡਮ ਕਰੰਟ ਤਾਂ ਨਹੀਂ ਮਾਰਦਾ ਹਨਾ ਅਸੀਂ ਘਰੇ ਵਰਤਦੇ ਆਂ ਵੈਸੇ ਅਸੀਂ ਵਧੀਆ ਇਹਨੂੰ ਵਰਤਦੇ ਆਂ ਪਰ ਕਈ ਜਿਵੇਂ ਥੋੜਾ ਜ ਮੇਰੇ ਵਰਗੇ ਲੋਕ ਜਿਹੜੇ ਹੁੰਦੇ ਥੋੜਾ ਛੱਕੀ ਹੁੰਦੇ ਨੇ ਵੀ ਇਹ ਗਾਰੰਟੀ ਦੀ ਦੇ ਰਹੇ ਦੀ ਪਤਾ ਨਹੀਂ ਅਗਲੇ ਦਿਨ ਨਾ ਖਰਾਬ ਹੋ ਜੇ ਜਿਵੇਂ ਕਿ ਬਾਜ਼ਾਰਾਂ ਦੇ ਵਿੱਚ ਵਿਕਣਾ ਉਹਦਾ ਖੁਦ ਸਾਡੇ ਘਰੇ ਹੋ ਗਿਆ ਕਿ ਉਹਨਾਂ ਬਾਜ਼ਾਰੋਂ ਜਿਹੜਾ ਉਹ ਗਲੀਆਂ ਦੇ ਵਿੱਚ ਵਿਕਦਾ ਹੁੰਦਾ ਉਹ ਲੈ ਲਿਆ ਜੀ ਸਿਰਫ 2 ਦਿਨ ਚੱਲਿਆ ਤੀਸਰੇ ਦਿਨ ਉਹਨੇ ਆਹਾ ਪਟਾਕਾ ਮਾਰਿਆ ਮੋੜੋ ਚੱਲਿਆ ਨਹੀਂ ਸੋ ਉਹੋ ਜੀ ਕੋਈ ਗੱਲ ਨਹੀਂ ਹੈਗੀ ਦੂਜੀ ਗੱਲ ਆ ਕਿ ਤੁਸੀਂ ਸਭ ਤੋਂ ਵੱਡਾ ਸਵਾਲ ਜਿਹੜਾ ਆਉਂਦਾ ਵਾ ਤੁਸੀਂ ਇਹ ਕਹਿੰਦੇ ਆ ਕਿ ਮੈਡਮ ਅਸੀਂ ਪੇਮੈਂਟ ਕਰ ਦਈਏ ਪਤਾ ਨਹੀਂ ਸਾਡੇ ਕੋਲ ਚੀਜ਼ ਆਊ ਕਿ ਨਾ ਆਊ ਤੁਸੀਂ ਪਹਿਲਾਂ ਮੇਰਾ ਚੈਨਲ ਦੇਖਿਆ ਕਰੋ 4 ਸਾਲ ਦੀ ਆਪਾਂ ਮਿਹਨਤ ਕਰ ਰਹੇ ਆ YouTube ਦੇ ਉੱਤੇ ਉਹਦੇ ਵਿੱਚ ਤੁਸੀਂ ਚੈਨਲ ਤੇ ਕੀ ਦੇਖਣਾ ਵੀਡੀਓ ਤੇ ਕੀ ਦੇਖਣਾ ਵੀਡੀਓ ਥੱਲੇ ਕਮੈਂਟ ਪੜਿਆ ਕਰੋ ਕਿਉਂਕਿ ਜੇ ਕੋਈ ਆਪਣੇ ਨਾਂ ਆਪਾਂ ਧੋਖਾ ਡੜੀ ਕਿਸੇ ਨਾ ਕਰਦੇ ਆ ਤਾਂ ਕਮੈਂਟਾਂ ਵਾਲੇ ਤੁਹਾਨੂੰ ਪਤਾ ਉਸੇ ਵੱਲੇ ਹੀ ਹਰ ਵੀਡੀਓ ਦੇ ਥੱਲੇ ਜਿਹੜਾ ਉਹ ਕਮੈਂਟ ਕਰ ਦਿੰਦੇ ਆ ਤੁਸੀਂ ਦੇਖਿਆ ਕਰੋ ਕਿ ਜੇ ਤੁਹਾਨੂੰ ਬੈਡ ਲੱਗੇ ਜਾਂ ਕੋਈ ਇਹੋ ਜਿਹਾ ਕਮੈਂਟ ਤੁਹਾਨੂੰ ਦਿਖਦਾ ਤੇ ਤੁਸੀਂ ਸਾਡੇ ਤੇ ਵਿਸ਼ਵਾਸ ਨਾ ਕਰੋ ਜੇ ਤੁਸੀਂ ਉਹ ਸਾਰਾ ਚੈਨਲ ਸਾਡਾ ਵੇਖ ਲੈਂਦੇ ਹੋ ਵੀਡੀਓ ਦੇਖ ਲੈਂਦੇ ਹੋ ਤੁਹਾਨੂੰ ਸਾਡੇ ਤੇ ਵਿਸ਼ਵਾਸ ਆ ਤਾਂ ਫਿਰ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਕਿਸੇ ਵੀ ਕਿਸਮ ਦਾ ਆਰਡਰ ਕਰ ਸਕਦੇ ਹੋ ਸੋ ਇਹ ਜਿਹੜੇ ਚੁੱਲ੍ਹੇ ਆਪਾਂ ਤੁਹਾਨੂੰ ਦੱਸ ਦਿੱਤਾ ਤੇ ਆਪਾਂ ਬਹੁਤ ਹੀ ਸੇਲ ਕਰ ਚੁੱਕੇ ਆ ਜੇ ਕਿਸੇ ਨੇ ਇਹ ਮੰਗਾਉਣਾ ਹੋਵੇ ਤੇ 2500 ਰੁਪਏ ਦੇ ਵਿੱਚ ਘਰੇ ਪਹੁੰਚਾ ਜੇ ਕਿਸੇ ਨੇ ਇਹ ਵਾਲਾ ਚੁੱਲਾ ਮੰਗਾਉਣਾ ਹੋਵੇ ਤੇ ਇਹ ਹੈਗਾ ਜੀ 3000 ਦੇ ਵਿੱਚ ਘਰੇ ਪਹੁੰਚ ਬਸ ਇਹਦੇ ਵਿੱਚ ਫਰਕ ਇੰਨਾ ਇਹਦੇ ਵਿੱਚ 2 ਸਾਲ ਦੀ ਗਾਰੰਟੀ ਹੈ ਇਹਦੇ ਨਾਲ ਇੱਕ ਗ੍ਰਿਲ ਮਿਲਦੀ ਆ ਦੂਜਾ ਗੱਲ ਵੀ ਇਹਦੀ ਇਹ ਨੋਬ ਆ ਕਿ ਤੁਸੀਂ ਦੇਖ ਸਕਦੇ ਹੋ ਇਥੋਂ ਘਟਵਾਦ ਕਰ ਸਕਦੇ ਆ ਇਹ ਸਾਰਾ ਟੱਚ ਵਾਲਾ ਸਿਸਟਮ ਆ ਸਿਸਟਮ ਇਹਦੇ ਵਿੱਚ ਸੇਮ ਹੀ ਆ ਜਿਵੇਂ ਕਿ ਇਹਦੇ ਵਿੱਚ ਵੀ ਆਪਾਂ ਗ੍ਰਿਲ ਵਗੈਰਾ ਸਾਰਾ ਕੁਝ ਕਰ ਸਕਦੇ ਆ ਤੇ ਇਹਦੇ ਉੱਤੇ ਵੀ ਸਾਰਾ ਕੁਝ ਕਰ ਸਕਦੇ ਆ ਘਟਵਾਦ ਦੇ ਦਾ ਇਥੋਂ ਨੋਬ ਤੋਂ ਹੁੰਦਾ ਤੇ ਇਹਦਾ ਸੋਚ ਤੋਂ ਇਥੋਂ ਘਟਵਾਦ ਹੁੰਦਾ ਆਨ ਆਫ ਇਥੋਂ ਹੋਊਗਾ ਸਾਰਾ ਕੁਝ ਤੁਸੀਂ ਸੇਮ ਹੀ ਇਹਦਾ ਤੁਸੀਂ ਪਾਉਂਗੇ ਸੋ ਇਸ ਕਰਕੇ ਆਪਾਂ ਤੁਹਾਨੂੰ ਕਹਿੰਦੇ ਆ ਨਾ ਵੀ ਤੁਸੀਂ ਵੱਧ ਪੈਸੇ ਖਰਚਣ ਨਾਲ ਉਹ ਘੱਟ ਵਾਲੀ ਚੀਜ਼ ਵੀ ਮੰਗਾ ਸਕਦੇ ਹੋ ਜ਼ਰੂਰੀ ਨਹੀਂ ਵੀ ਪੈਸੇ ਵੱਧ ਲਾ ਕੇ ਆਪਾਂ ਚੀਜ਼ ਵਧੀਆ ਲੈਣੀ ਆ ਜੇ ਅਸਾ ਸਹੀ ਤਰੀਕੇ ਨਾਲ ਸੂਝ-ਗੂਝ ਨਾਲ ਆਪਾਂ ਕੋਈ ਚੀਜ਼ ਨੂੰ ਵਰਤੀਏ ਤਾਂ ਕਦੇ ਵੀ ਕੋਈ ਚੀਜ਼ ਖਰਾਬ ਨਹੀਂ ਹੁੰਦੀ ਸੋ ਇਹ ਕਈ ਲੋਕਾਂ ਦਾ ਇਹ ਸਵਾਲ ਵੱਡਾ ਆਉਂਦਾ ਕਿ ਮੈਡਮ ਤੁਸੀਂ ਕਹਿ ਤਾਂ ਦਿੰਦੇ ਹੋ ਬਿਜਲੀ ਦਾ ਬਿੱਲ ਬਹੁਤ ਆਊਗਾ ਉਹਦੇ ਬਾਰੇ ਵੀ ਆਪਾਂ ਪੂਰੀ ਫੁੱਲ ਵੀਡੀਓ ਪਾਈ ਆ ਪਹਿਲਾਂ ਚੈਨਲ ਤੇ ਤਿਆਰ ਕਰਕੇ ਪਾਈ ਆ ਵਿਦ ਪ੍ਰੂਫ ਕਿ ਸਾਡਾ ਬਿੱਲ ਕਿੰਨਾ ਆਇਆ ਵਾ ਕਿੰਨੀਆਂ ਜੁੰਟਾਂ ਬਣ ਲੀਆਂ ਕਿੰਨੇ ਚਿਰ ਦੇ ਵਿੱਚ ਕਿੰਨਾ ਆਪਾਂ ਇਹਨੂੰ ਵਰਤਿਆ ਉਹ ਸਾਰੀ ਤੁਸੀਂ ਡਿਟੇਲ ਦੇ ਵਿੱਚ ਵੀਡੀਓ ਸੁਣ ਕੇ ਫਿਰ ਸਾਨੂੰ ਇਹ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਾਲ ਕਰਕੇ ਘਰ ਬੈਠੇ ਜਿਹੜੇ ਦੋਵੇਂ ਹੀਟਰ ਮੰਗਾ ਸਕਦੇ ਸੋ ਇਹ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਇਸ ਕਰਕੇ ਦਿੱਤੀ ਹੈ ਕਿਉਂਕਿ ਫੋਨ ਕਾਲ ਤੇ ਆਪਾਂ ਹਰੇਕ ਭੈਣ ਭਰਾ ਨਾਲ ਗੱਲ ਨਹੀਂ ਕਰ ਸਕਦੇ ਕੋਈਕਾ ਟਾਈਮ ਥੋੜਾ ਹੁੰਦਾ ਵਾ ਕਈ ਭੈਣ ਭਰਾ ਫਿਰ ਇਸ ਚੀ ਦੀ ਡਿਟੇਲ ਸਾਰਾ ਜਾਣਨਾ ਚਾਹੁੰਦੇ ਆ ਸੋ ਇਸ ਕਰਕੇ ਆਪਾਂ ਇਹ ਵੀਡੀਓ ਤਿਆਰ ਕੀਤੀ ਆ ਕਿ ਜੇ ਤੁਸੀਂ ਡਿਟੇਲ ਚ ਜਾਣਨਾ ਤੇ ਤੁਸੀਂ ਵੀ ਇਹਦੇ ਕੀ ਫਾਇਦੇ ਆ ਇਹਦੇ ਕੀ ਫਾਇਦੇ ਆ ਇਹਦਾ ਕਿੰਨਾ ਖਰਚਾ ਇਹਦਾ ਕਿੰਨਾ ਖਰਚਾ ਸੋ ਸਾਰੀ ਵੀਡੀਓ ਆਪਾਂ ਤਿਆਰ ਕਰਕੇ ਪਾ ਦਿੱਤੀ ਆ ਜੇ ਤੁਸੀਂ ਕੁਝ ਵੀ ਸਮਾਨ ਜਿੰਨਾ ਆਪਾਂ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਦੱਸਿਆ ਤੁਸੀਂ ਸਾਡੇ ਕੋਲ ਮੰਗਾਉਣਾ ਹੋਵੇ ਚਾਹੇ ਤੇ ਘਰ ਦੀ ਹਲਦੀ ਮੰਗਾਉਣੀ ਹੋਵੇ ਜਿਵੇਂ ਕਿ ਬਾਹਰੋਂ ਭੈਣਾਂ ਦੇ ਬਹੁਤ ਸਾਰੇ ਮੈਨੂੰ ਫੋਨ ਆ ਰਹੇ ਹਨ ਕਿ ਉਹ ਮੇਥੀ ਸਕਾ ਕੇ ਉਹਨਾਂ ਨੇ ਸਾਡੇ ਕੋਲ ਲੈ ਕੇ ਜਾਣੀ ਆ ਚਾਹੇ ਆਮਲੇ ਦਾ ਜਿਹਨੂੰ ਔਲੇ ਦਾ ਪਾਊਡਰ ਕਹਿੰਦੇ ਆ ਕੇਸਰ ਵਾਲਾ ਆਪਾਂ ਮਰੱਬਾ ਔਲੇ ਦਾ ਤਿਆਰ ਕਰਦੇ ਆ ਉਹ ਵੀ ਤੁਸੀਂ ਘਰ ਬੈਠੇ ਮੰਗਾ ਸਕਦੇ ਹੋ ਸੋ ਇੱਕ ਮੇਰੀ ਹੱਥ ਜੋੜ ਕੇ ਰਿਕਵੈਸਟ ਇਹ ਆ ਕਿ ਪਲੀਜ਼ ਜਦੋਂ ਤੁਸੀਂ ਫੋਨ ਕਰਦੇ ਹੋ ਨਿਓ ਤੁਸੀਂ ਉਹ ਡਿਟੇਲ ਜਾਣਨ ਦੀ ਬਜਾਏ ਪਹਿਲਾਂ ਵੀਡੀਓ ਦੇਖ ਲਿਆ ਕਰੋ ਤੇ ਸਿਰਫ ਆਰਡਰ ਵਾਸਤੇ ਫੋਨ ਕਰਿਆ ਕਰੋ ਇਰਕੋ ਐਸਟੀ ਅਮਰੀ ਕਿਉਂਕਿ ਮੈਂ ਤੁਹਾਨੂੰ ਇਸ ਕਰਕੇ ਕਹਿੰਦੀ ਵੀ ਕਈ ਭੈਣ ਭਰਾ ਨਾ 15 15 20 20 ਮਿੰਟ ਜਿਹੜੀ ਸਿਰਫ ਜਾਣਕਾਰੀ ਲੈਣ ਵਾਸਤੇ ਹੀ ਮੈਨੂੰ ਫੋਨ ਕਰਦੇ ਆ ਟਾਈਮ ਥੋੜਾ ਹੁੰਦਾ ਵਾ ਸੋ ਰਿਕਵੈਸਟ ਆ ਪਲੀਜ਼ ਫੋਨ ਕਰਿਆ ਕਰੋ ਜੀ ਸਵੇਰ ਦੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਆਪਾਂ 12 ਘੰਟੇ ਜਿਹੜੇ ਉਹ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਉਸ ਤੋਂ ਬਾਅਦ ਜਿਹੜਾ ਫੋਨ ਕਈ ਭੈਣ ਭਰਾ 10 ਵਜੇ ਰਾਤ ਕਰਨਗੇ 11 ਵਜੇ ਕਈ ਤੇ ਇਹੋ ਜਿਹੇ ਨੇ ਕਿ ਰਾਤ 2 ਵਜੇ ਉੱਠ ਕੇ ਜਾਗ ਉਹਨਾਂ ਨੂੰ ਅੱਗੇ ਨੀਂਦ ਨਹੀਂ ਆ ਰਹੀ ਵੀਡੀਓ ਦੇਖ ਕੇ ਤੇ ਉਦੋਂ ਹੀ ਨਾਲ ਮੈਨੂੰ ਫੋਨ ਲਾ ਲੈਂਦੇ ਪਤਨਿਓ ਕੀ ਸੋਚਦੇ ਨੇ ਕਿ ਇਹ ਸੋਚਦੇ ਨੇ ਕਿ ਸਾਨੂੰ ਨੀਂਦ ਨਹੀਂ ਆ ਰਹੀ ਸ਼ਾਇਦ ਸਾਰੀ ਦੁਨੀਆ ਜਾਗਦੀ ਹੈ ਚਾਹੇ ਸੋਚਦੇ ਨੇ ਕਿ ਸ਼ਾਇਦ ਇਹ ਲਾਈਵ ਵੀਡੀਓ ਬਣਾ ਰਹੇ ਨੇ ਸੋ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਪਲੀਜ਼ ਜੇ ਰਾਤ ਵੀਡੀਓ ਵੇਖਦੇ ਹੋ ਤਾਂ ਸਵੇਰੇ ਉੱਠ ਕੇ ਫੋਨ ਕਰਿਆ ਕਰੋ ਸਵੇਰ ਦੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਆਪਾਂ ਜਦੋਂ ਵੀ ਤੁਸੀਂ ਫੋਨ ਕਰੋਗੇ ਤੁਹਾਡਾ ਫੋਨ ਜ਼ਰੂਰ ਚੱਕਾਂਗੇ ਉਸ ਤੋਂ ਬਾਅਦ ਜੇ ਕਿਸੇ ਭੈਣ ਭਰਾ ਦਾ ਫੋਨ ਨਾ ਚੱਕਿਆ ਗਿਆ ਤਾਂ ਆਪਾਂ ਉਸ ਤੋਂ ਮਾਫੀ ਮੰਗਦੇ ਹਾਂ ਸੋ ਇਸ ਕਰਕੇ ਪਲੀਜ਼ ਤੁਸੀਂ ਵੀ ਸਿਆਣੇ ਬਣੋ ਮੈਂ ਵੀ ਥੋੜਾ ਜਿਹਾ ਟਾਈਮ ਤੁਹਾਨੂੰ ਦਵਾਂਗੀ ਟਾਈਮ ਸਾਰਿਆਂ ਤੋਂ ਸ਼ਾਰਟ ਹੁੰਦਾ ਵ ਸੋ ਜਿਨ੍ਹਾਂ ਨੇ ਆਰਡਰ ਦੇਣਾ ਹੁੰਦਾ ਨਾ ਪਲੀਜ਼ ਉਹੀ ਫੋਨ ਕਰਿਆ ਕਰੋ ਜਿਹੜੇ ਜਾਣਕਾਰੀ ਲੈ ਕੇ ਹਸਾਬ ਕਤਬ ਕਰਾ ਕੇ ਕਿੰਨੇ ਦੀ ਕਿਹੜੀ ਚੀਜ਼ ਪਾਉਗੀ ਜੀ ਕਿੱਦਾਂ ਹੋਊਗਾ ਜੀ ਸੋ ਉਹਨਾਂ ਨੂੰ ਰਿਕਵੈਸਟ ਹੈ ਜੀ ਫੋਨ ਨਾ ਕਰਿਆ ਕਰੋ ਕਿਉਂਕਿ ਬਿਜੀ ਲਾਈਫ ਸਾਰਿਆਂ ਦੀ ਹੈ ਮੇਰੀ ਵੀ ਲਾਈਫ ਬਿਜੀ ਹੈ ਘਰ ਦੇ ਮੈਂ ਕੰਮ ਵੀ ਦੇਖਣੇ ਵੀਡੀਓ ਵੀ ਬਣਾਉਣੀ ਇਹ ਸਮਾਨ ਵੀ ਸਾਰਾ ਦੇਖਣਾ ਸੋ ਇਸ ਕਰਕੇ ਇਸ ਚੀਜ਼ ਦੀ ਆਪਾਂ ਮਾਫੀ ਚਾਹਾਂਗੇ ਕਿਸੇ ਵੇਲੇ ਉੱਚਾ ਨੀਵਾ ਵੀ ਬੋਲਿਆ ਜਾਂਦਾ ਕਿਸੇ ਤੋਂ ਉਹਦੇ ਵਾਸਤੇ ਵੀ ਆਪਾਂ ਹੱਥ ਜੋੜ ਕੇ ਮਾਫੀ ਮੰਗਦੇ ਆ ਸੋ ਇਹ ਜਿਹੜੀ ਨਿੱਕੀ ਜਿਹੀ ਜਾਣਕਾਰੀ ਇਹ ਵੀਡੀਓ ਆਪਾਂ ਤਿਆਰ ਕੀਤੀ ਸੀਗੀ ਇਹ ਸਾਰਾ ਡਿਟੇਲ ਦੇ ਵਿੱਚ ਇੱਥੇ ਆਪਾਂ ਸਮਝਾ ਦਿੱਤਾ ਤੇ ਤੁਸੀਂ ਹੁਣ ਫੋਨ ਉਹੀ ਕਰਿਓ ਜੇ ਜਿਨ੍ਹਾਂ ਨੇ ਇਹ ਘਰੇ ਮਗਵਾਉਣਾ ਹੋਵੇ ਜੇ ਜਾਣਕਾਰੀ ਲੈਣੀ ਹੈ ਤੇ ਦੁਬਾਰਾ ਜੇ ਨਹੀਂ ਪਤਾ ਲੱਗਦਾ ਨਾ ਦੁਬਾਰਾ ਫੇਰ ਵੀਡੀਓ ਦੇਖ ਲਓ ਦੋ ਵਾਰੀ ਦੇਖ ਲਓ ਤਿੰਨ ਵਾਰੀ ਦੇਖ ਲਓ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਆ ਵੀ ਕਿਹੜਾ ਹੀਟਰ ਕਿਸ ਤਰ੍ਹਾਂ ਕਿਹੜਾ ਕਿਸ ਤਰ੍ਹਾਂ ਆ ਕਿਹੜਾ ਕਿੰਨੇ ਦੇ ਵਿੱਚ ਆ ਕਿਹੜਾ ਕਿੰਨੇ ਦੇ ਸਾਰਾ ਆਪਾਂ ਤੁਹਾਨੂੰ ਇਹਦੇ ਵਿੱਚ ਡਿਟੇਲ ਚ ਦੱਸ ਦਿੱਤਾ ਸੋ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਰੂਪ ਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਵੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਹਰਾਂ ਮਿਲਦੀ ਰਹੇ ਸੋ ਇਸ ਵੀਡੀਓ ਦਾ ਕਰਦੇ ਜੀ ਇੱਥੇ ਐਂਡ ਮਿਲਦੇ ਇੱਕ ਨਵੀਂ ਜਾਣਕਾਰੀ ਅਲ ਵੀਡੀਓ ਤੱਕ ਲਈ ਸਸਰੇਗਾ